ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬੀ ਨਿਊਜ਼ ਲਾਈਵ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਹੁਣੇ-ਹੁਣੇ ਆ ਰਹੀ ਹੈ ਇੱਕ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣ ਅੱਜ ਦੀ ਤਾਜ਼ਾ ਵੱਡੀ ਖਬਰ ਰਾਮ ਨਹਿਮ ਨੂੰ ਜੇਲ੍ਹ ਭੇਜਣ ਵਾਲੇ ਜੱਜ ਜਗਦੀਪ ਸਿੰਘ ਬਾਰੇ ਆਈ ਹੈ ਵੱਡੀ ਖਬਰ ਸਮਾ ਬਹੁਤ ਤੋ ਬਲਵਾਨ ਹੁੰਦਾ ਹੈ ਜੋ ਆਪਣੀ ਚਾਲੇ ਚੱਲਦਾ ਰਹਿੰਦਾ ਹੈ ਕਿ ਸੇ ਦਾ ਵੀ ਇੰਤਜ਼ਾਰ ਨਹੀਂ ਕਰਦਾ ਇਸ ਚਲਦੇ ਹੋਏ ਸਮੇਂ ਦੌਰਾਨ ਕਈ ਤਰ੍ਹਾਂ ਦੀਆਂ ਤਬਦੀਲੀਆਂ ਹੁੰਦੀਆਂ ਹਨ ਇੰਨਾ ਆਈਆਂ ਹੋਈਆਂ ਤਬਦੀਲੀਆਂ ਦਾ ਸਰ ਵਕੋ ਵਕਤ ਥਾਵਾ ਉੱਪਰ ਅਲੱਗ-ਅਲੱਗ ਨਜ਼ਰ ਆਉਂਦਾ ਹੈ ਸਮੇਂ ਮੁਤਾਬਕ ਆਈਆਂ ਹੋਈਆਂ ਤਬਦੀਲੀਆਂ ਸਵਭਾਵਿਕ ਹੁੰਦੀਆਂ ਹਨ ਕਦੇ-ਕਦਾਈ ਇਹ ਸਮੇਂ ਦੀ ਲੋੜ ਨੂੰ ਮਹਿਸੂਸ ਕਰਕੇ ਕੀਤੀ ਜਾਂਦੀਆਂ ਹਨ ਇਨ੍ਹਾਂ ਤਬਦੀਲੀਆਂ ਦੌਰਾਨ ਕਈ ਉਚਰੁਕਤੇ ਦੁਤਬੇ ਵਾਲੇ ਅਫਸਰ ਆਪਣੇ ਵੱਲੋਂ ਕਿਤੇ ਗਏ ਕਾਰਜਾਂ ਦਾ ਸਦਕਾ ਵੀ ਇੱਕ ਥਾਂ ਤੋਂ ਦੂਜੀ ਥਾਂ ਕਰ ਲੈਂਦੇ ਹਨ ਪਰ ਇਹ ਲੋਕ ਜਿੱਥੇ ਵੀ ਜਾਂਦੇ ਹਨ ਆਪਣਾ ਦੁਤਬਾ ਕਾਇਮ ਕਰਕੇ ਰੱਖਦੇ ਹਨ ਪੰਜਾਬ ਦੇ ਅੰਦਰ ਵੀ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜੱਜਾਂ ਦੇ ਤਬਦਲੇ ਬਾਰੇ ਜਾਰੀ ਕੀਤੇ ਹੁਕਮਾਂ ਅਨੁਸਾਰ ਬਹੁਤ ਸਾਰੇ ਜੱਜਾਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਸ਼ਿਫਟ ਕੀਤਾ ਗਿਆ ਹੈ ਇਹਨਾਂ ਵਿੱਚੋਂ ਹੀ ਸੀਬੀਆਈ ਜਾਂ ਚ ਜਗਦੀਪ ਸਿੰਘ ਦਾ ਵੀ ਤਬਾਦਲਾ ਕੀਤਾ ਗਿਆ ਹੈ ਜ਼ਿਕਰ ਯੋਗ ਹੈ ਕਿ ਜਗਜੀਤ ਸਿੰਘ ਨੇ ਆਪਣੇ ਹੁਣ ਤੱਕ ਦੇ ਜੀਵਨ ਨਾਲ ਦੌਰਾਨ ਕਈ ਨਿਰਣਾਇਕ ਫੈਸਲੇ ਵੀ ਲਿੱਤੇ ਹਨ ਜਿਨ੍ਹਾਂ ਦੇ ਵਿੱਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਾਹੀਮ ਸਿੰਘ ਨੂੰ ਜੇਲ੍ਹ ਭੇਜਣ ਦਾ ਵੀ ਫੈਸਲਾ ਸੀ ਅੱਜ ਜਾਰੀ ਕੀਤੇ ਗਏ ਹੁਕਮ ਅਨੁਸਾਰ ਲੜੀ ਦੇ ਅਦੀਨ ਜਗਦੀਪ ਸਿੰਘ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਫਸਰ ਸੀਬੀਆਈ ਕੋਰਟ ਦੀ ਬਦਲੀ ਸਵਾਲੀਤੀ ਸਹਿਮਤ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਗਤਜੀ ਦੀ ਜਗਾਲ ਕਰ ਦਿੱਤੀ ਗਈ ਹੈ ਖਬਰ ਨੂੰ ਅਖੀਰ ਤੱਕ ਦੇਖਣ ਵਾਸਤੇ ਧੰਨਵਾਦ